ਸਭ ਤੋਂ ਪੁਰਾਣਾ ਗੁਰੂ ਘਰ ਆ। ਗਾਂ ਦਾ ਨਾਮ ਚੈੱਕ ਕਰੋ, ਦੁਆਬਾ। ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ? ਅੱਜ ਹੈਗਾ ਐਤਵਾਰ, ਛੁੱਟੀ ਆ ਸਾਰੇ ਪਾਸੇ ਹੁਣ ਕੰਮ ਤੋਂ ਵੀ ਅਤੇ ਯੂਨੀਵਰਸਿਟੀ ਤੋਂ ਵੀ, ਅਤੇ ਅੱਜ ਚੱਲੇ ਹਾਂ ਆਪਾਂ ਗੁਰਦੁਆਰਾ ਸਾਹਿਬ। ਟਾਈਮ ਹੋ ਗਿਆ ਆ 4 ਵੱਜ ਗਏ ਆ, ਅਤੇ 4:10 ਦੇ ਆਪਣੀ ਟ੍ਰੇਨ ਆ, ਅਤੇ ਸਾਹਮਣੇ ਟ੍ਰੇਨ ਸਟੇਸ਼ਨ ਆ, ਉਹ ਟ੍ਰੇਨ ਨਿਕਲ ਗਈ ਅਤੇ ਤਿਆਰ ਤਿਉਰ ਹੋ ਕੇ ਨਿਕਲੇ ਸੀ ਅੱਜ। ਕਾਫੀ ਟਾਈਮ ਬਾਅਦ ਤਿਆਰ ਹੋਏ ਹਾਂ, ਇਹ ਤਾਂ ਘਰ ਦੇ ਕੱਪੜੇ ਜਾਂ ਕੰਮ ਦੇ ਕੱਪੜੇ, ਨਵੇਂ ਕੱਪੜੇ ਤਾਂ ਕਦੀ ਕਦੀ ਪਾਉਣ ਦਾ ਮੌਕਾ ਮਿਲਦਾ ਆ। ਜਾਂ ਚੈੱਕ ਕਰ ਲਓ UK ਦੇ ਘਰ ਜਾਂ ਦੁਕਾਨਾਂ ਦੁਕਾਨਾਂ। ਅਤੇ ਟ੍ਰੇਨ ਸਟੇਸ਼ਨ ਪਹੁੰਚ ਕੇ ਫਿਰ ਆਪਾਂ ਪਹਿਲਾਂ ਜੇ ਟ੍ਰੇਨ ਦੀ ਟਿਕਟ ਵੀ ਲੈਣੀ ਆ, ਉਹ ਆਪਾਂ ਔਨਲਾਈਨ ਹੀ ਲੈ ਲੈਣੀ ਆ, ਅਤੇ ਉਸ ਤੋਂ ਬਾਅਦ ਗੁਰਦੁਆਰੇ ਪਹੁੰਚਦੇ ਹਾਂ, ਅਤੇ 15 ਮਿੰਟ ਲੱਗ ਜਾਣੇ ਆ, ਅਤੇ ਬਣੇ ਰਹੋ ਤੁਸੀਂ ਵਲੌਗ ਵਿੱਚ। ਲਓ ਵੀ ਟ੍ਰੇਨ ਸਟੇਸ਼ਨ ਪਹੁੰਚ ਗਏ ਹਾਂ, ਅਤੇ ਇਹ ਤਾਂ ਹੈਗੀ ਹੋਰ ਟ੍ਰੇਨ, ਅਤੇ ਆਪਣਾ ਪਲੈਟਫਾਰਮ ਹੈਗਾ ਇੱਧਰ, ਅਤੇ ਇੱਧਰ ਹੋਣੀ ਆਪਣੀ ਟ੍ਰੇਨ, ਅਤੇ ਇਹ ਕਿਹੜਾ ਪਲੈਟਫਾਰਮ ਆ? ਇਹ ਹੈਗਾ ਆ 1। ਉਹ ਚੈੱਕ ਕਰੋ 1, ਅਤੇ ਆਪਣੀ ਟ੍ਰੇਨ ਜਾਣੀ ਆ ਬੋਲਸਲ ਨੂੰ। ਉਹ ਚੈੱਕ ਕਰੋ ਲਿਖਿਆ ਬੋਲਸਲ, 16:29, ਮਤਲਬ 4 ਵੱਜ ਗਏ 29 ਮਿੰਟ 'ਤੇ ਹੈਗੀ ਟ੍ਰੇਨ, ਅਤੇ ਪਹੁੰਚ ਗਏ ਆਪਾਂ, ਅਤੇ ਆਪਾਂ ਟਿਕਟ ਲੈ ਲਈ ਔਨਲਾਈਨ ਹੀ। ਇਹ ਪਈ ਆ ਅਤੇ 2.35 pound ਦੀ, ਮਤਲਬ ਇੰਡੀਆ ਦੇ 230 rupees ਦੀ। ਬਸ 10 ਮਿੰਟ ਜਾਣਾ ਆਪਾਂ ਦੂਰ, ਅਤੇ ਇੰਨੀ ਮਹਿੰਗੀ ਟ੍ਰੇਨ ਪੈਂਦੀ ਇੰਡੀਆ ਹਿਸਾਬ ਨਾਲ, ਇੱਥੇ ਦੇ ਹਿਸਾਬ ਨਾਲ ਤਾਂ ਠੀਕ ਹੀ ਆ। ਲਓ ਬਈ ਆਪਣੀ ਟ੍ਰੇਨ ਵੀ ਆ ਗਈ ਆ ਪੂਰੇ ਟਾਈਮ 'ਤੇ ਹੀ, ਅਤੇ 4:29 ਸੀਗੀ, ਅਤੇ ਪੂਰਾ ਟਾਈਮ ਹੀ ਹੋਇਆ, ਅਤੇ ਚੈੱਕ ਕਰ ਲਓ ਟ੍ਰੇਨ ਤਾਂ ਖਾਲੀ ਲੱਗਦੀ ਆ, ਅਤੇ ਟ੍ਰੇਨ 'ਚ ਬਹਿੰਦੇ ਹਾਂ, ਅਤੇ 10 ਮਿੰਟ ਆਪਾਂ ਪਹੁੰਚ ਜਾਣਾ ਗੁਰਦੁਆਰਾ ਸਾਹਿਬ, ਅਤੇ ਚੈੱਕ ਕਰ ਲਓ ਪੂਰੇ ਟਾਈਮ 'ਤੇ ਹੀ ਆ। 58:52 ਹੋ ਗਏ, ਦੇਖੋ ਪੂਰੇ ਜਦੋਂ 29 ਹੋ ਗਏ ਟ੍ਰੇਨ ਰੁਕਣੀ ਆ, ਅਤੇ ਚੈੱਕ ਕਰੋ 29 ਹੋ ਗਏ ਤਾਂ ਟ੍ਰੇਨ ਰੁਕ ਗਈ। ਲੋ ਵੀ ਸਾਹਮਣੇ ਹੈਗਾ ਗੁਰੂ ਘਰ, ਅਤੇ ਇਹ ਗੁਰਦੁਆਰੇ ਆਪਾਂ ਜਾਣਾ। ਇਹ UK ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਗੁਰੂ ਘਰ ਆ ਸਮੈਥਿਕ ਵਿੱਚ, ਗੁਰੂ ਨਾਨਕ ਗੁਰਦੁਆਰਾ, ਅਤੇ ਹਾਈਵੇ ਦੇ ਉੱਤੇ ਹੀ ਆ, ਅਤੇ ਆ ਰੋਡ ਕਰੀ ਆ ਪਾਰ, ਵੇਟ ਲੱਗ ਗਈ ਆ, ਜੇ ਦੇਖ ਲਾਲ ਆ, ਅਤੇ ਕੋਈ ਚੱਕਰ ਹੀ ਨਹੀਂ ਆਪਾਂ ਨਿਕਲ ਜਾਣਾ ਇੱਦਾਂ ਹੀ, ਬਸ ਨਿਕਲ ਗਏ, ਕੋਈ ਚੱਕਰ ਹੀ ਨਹੀਂ, ਹੁਣ ਹੋਇਆ ਹਾਰਾ ਜਦੋਂ ਆਪਾਂ ਆ ਗਏ। ਮੱਥਾ ਟੇਕ ਲਿਆ ਜੀ, ਹੁਣ ਚੱਲੇ ਆਪਾਂ ਲੰਗਰ ਛਕਣ। ਲੋ ਵੀ ਗੁਰਦੁਆਰੇ ਦਰਸ਼ਨ ਕਰ ਲਏ ਆਪਾਂ, ਅਤੇ ਲੰਗਰ ਵੀ ਛਕ ਲਿਆ ਆ, ਅਤੇ ਹੁਣ ਟਾਈਮ ਹੋ ਗਿਆ ਆ, ਚੈੱਕ ਕਰ ਲਓ 5:40 ਹੋ ਚੱਲੇ ਆ, ਅਤੇ ਹੁਣ ਨਾਲ ਹੀ ਟ੍ਰੇਨ ਸਟੇਸ਼ਨ ਆ ਸੱਚ, ਅਤੇ ਆਹ ਤੁਹਾਨੂੰ ਦਿਖਾ ਦਈਏ ਆਹ ਟ੍ਰੇਨ ਸਟੇਸ਼ਨ ਆ ਨਾਲ ਹੀ। ਹੁਣ ਘੁੰਮਦੇ ਫਿਰਦੇ ਹਾਂ ਥੋੜ੍ਹਾ ਸਮੈਥਿਕ ਵੀ ਘੁੰਮ ਲਈਏ, ਅਤੇ ਇੱਥੇ ਆਪਣੇ ਸਾਰੇ ਹੀ ਪੰਜਾਬੀ ਰਹਿੰਦੇ ਆ, ਕੋਈ ਇੱਥੇ ਤੁਹਾਨੂੰ ਗੋਰਾ ਨਹੀਂ ਲੱਭਣਾ। ਜਾਂ ਚੈੱਕ ਕਰੋ ਕੇਕਾਂ ਦੀ ਦੁਕਾਨ, ਇੱਥੇ ਆਪਣੇ ਜਿੰਨੇ ਵੀ ਪੰਜਾਬੀ ਪਹਿਲਾਂ ਦੇ ਆਏ ਆ, ਅਤੇ ਸਾਰੇ ਇੱਥੇ ਹੀ ਰਹਿੰਦੇ, ਚਾਹੇ ਫੈਮਲੀਆਂ ਨਾਲ ਹੋਵੇ ਚਾਹੇ ਪਹਿਲਾਂ ਉੱਦਾਂ ਹੀ ਯੂਰਪ 'ਚ ਆਏ ਹੋਵੇ, ਅਤੇ ਬਾਕੀ ਬੱਦਲ ਚੈੱਕ ਕਰੋ, ਅਤੇ ਇੱਧਰ ਦੁਕਾਨਾਂ ਦੁਕਾਨਾਂ ਸਟੋਰ ਸਟੂਰ ਸਾਰੇ ਆਪਣੇ ਪੰਜਾਬੀਆਂ ਦੇ ਹੀ ਆ। ਗੋਰੇ ਤਾਂ ਇੱਥੇ ਹੈ ਹੀ ਨਹੀਂ, ਅਤੇ ਹਨੇਰਾ ਵੀ ਹੋ ਚੱਲਾ ਆ, 6 ਵੱਜ ਚੱਲੇ ਆ,
ਟਾਈਮ ਤੁਹਾਨੂੰ ਦਿਖਾਈ ਦੇਈਏ, 6:45 ਹੋ ਗਏ ਆ। ਅਤੇ ਆਹ ਚੈੱਕ ਕਰੋ ਸਾਰੇ ਆਪਣੇ ਪੰਜਾਬੀਆਂ ਦੇ ਏਰੀਆ। ਅਤੇ ਉੱਥੇ 2 ਗੁਰਦੁਆਰਾ ਸਾਹਿਬ ਆ ਲਾਗੇ ਲਾਗੇ, ਇੱਕ ਤਾਂ ਜਿੱਥੇ ਆਪਾਂ ਮੱਥਾ ਟੇਕਿਆ ਉਹ ਆ, ਅਤੇ ਇੱਕ ਥੋੜ੍ਹਾ ਜਿਹਾ ਅੱਗੇ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਹ ਚੈੱਕ ਕਰੋ, ਆਹ ਦੁਕਾਨ ਦਾ ਨਾਮ ਚੈੱਕ ਕਰੋ, ਦੁਆਬਾ ਹੁੱਡ। ਦੁਆਬਾ ਹੁੱਡ ਸਾਡੇ ਏਰੀਆ ਵਾਲਿਆਂ ਦੇ ਬੰਦਿਆਂ ਦੀ ਦੁਕਾਨ ਹੀ ਆ। UK ਦੀਆਂ ਰੋਡਾਂ ਛੋਟੀਆਂ ਹੀ ਆ, ਚੈੱਕ ਕਰ ਲਓ। ਰੋਡ ਦੇ ਸਾਈਡਾਂ 'ਤੇ ਗੱਡੀਆਂ ਲੱਗੀਆਂ, ਜਿਸ ਤੱਕ ਨਜ਼ਰ ਪੈਂਦੀ ਆ। ਇਹ ਬਹੁਤ ਇੱਥੇ ਚੱਕਰ ਆ, ਸੜਕਾਂ ਬਹੁਤ ਛੋਟੀਆਂ ਇੱਥੇ। ਆਹ ਦੁਕਾਨ ਦਾ ਨਾਮ ਚੈੱਕ ਕਰੋ, ਚਾਵਲਾ ਸਵੀਟਸ ਕਰੋ, ਨਰੇਸ਼ ਜਵੈਲਰਸ। ਇੱਦਾਂ ਲੱਗਦਾ ਪੂਰਾ ਇੱਥੇ ਪੰਜਾਬ 'ਚ ਘੁੰਮਣ ਫਿਰਨ ਦੇ ਹਾਂ। ਅਤੇ ਆਹ ਸਿਟੀਆਂ 'ਚ ਆ ਕੇ ਇੱਦਾਂ ਜਿੱਥੇ ਆਪਣੇ ਪੰਜਾਬੀ, ਇੱਧਰ ਬਹੁਤ ਵਧੀਆ ਲੱਗਦਾ ਆ, ਸਾਰਾ ਆਪਣਾ ਪੰਜਾਬ ਵਾਲੀ ਫੀਲ ਆ ਜਾਂਦੀ ਆ। ਜਦੋਂ ਬੰਦੇ ਨੂੰ ਯਾਦ ਆਵੇ ਆਪਣੀ ਪੁਰਾਣੀ, ਅਤੇ ਬੰਦਾ ਇੱਦਾਂ ਘੁੰਮਣ ਫਿਰਨ ਆ ਜਾਵੇ। ਅਤੇ ਸਾਰਾ ਉਹਨਾਂ ਦਾ ਹੀ ਸਾਵਧਾਨ, ਟੱਕਰ ਸਾਰੇ ਆਪਣੇ, ਟੱਕਰ ਚਾਵਲਾ ਸਾਰੇ ਇੱਧਰ ਮਿਲਣੇ ਤੁਹਾਨੂੰ। ਲਓ ਵੀ ਆਹ ਆ ਗਿਆ ਦੂਜਾ ਗੁਰਦੁਆਰਾ ਜਿਹਦੀ ਮੈਂ ਗੱਲ ਕਰਦਾ ਸੀ, ਅਤੇ ਕਾਫੀ ਵੱਡਾ ਗੁਰਦੁਆਰਾ ਆ, ਗੁਰਦੁਆਰਾ ਬਾਬਾ ਸੰਘ ਜੀ। ਦੋਵੇਂ ਗੁਰਦੁਆਰਾ ਲਾਗੇ ਲੱਗੇ ਆ, ਮਸੀ 150 ਮੀਟਰ ਦਾ ਡਿਸਟੈਂਸ ਹੋਣਾ ਆ। ਅਤੇ ਆਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ। ਇੱਕ ਆਹ ਚੈੱਕ ਕਰੋ, ਸ਼ਾਨਦਾਰ ਸਵੀਟਸ ਐਂਡ ਸੇਵੀਅਰਸ। ਆਹ ਪੁੱਲ ਦੀ ਹੁਣ ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਜਿਹੜੇ ਪੁੱਲ ਦੀ ਗੱਲ ਦੱਸਣੀ ਸੀ ਉਹ ਪੁੱਲ ਆਪਾਂ ਪੁੱਲ 'ਤੇ ਚੜ੍ਹਦੇ ਹਾਂ, ਫਿਰ ਤੁਹਾਨੂੰ ਆਪਾਂ ਗੱਲ ਦੱਸਦੇ ਹਾਂ। ਪਹਿਲਾਂ ਪੁੱਲ ਚੈੱਕ ਕਰ ਲਓ ਅਤੇ ਫਿਰ ਹੀ ਤੁਹਾਨੂੰ ਗੱਲ ਦੱਸਦੇ ਹਾਂ। ਅਤੇ ਗੱਲ ਹੈਗੀ ਇੱਦਾਂ, ਅਤੇ ਆਪਣੀ ਇੱਕ ਪੰਜਾਬੀ ਕੁੜੀ ਸੀ ਇੱਥੇ ਸਟੂਡੈਂਟ, ਅਤੇ ਉਹ ਸਪਾਊਸ ਵੀਜ਼ੇ 'ਤੇ ਆਈ ਸੀਗੀ, ਅਤੇ ਕੁੜੀ ਸੀਗੀ ਪ੍ਰੈਗਨੈਂਟ, ਅਤੇ ਉਹਦਾ ਕੋਈ ਆਪਣੇ ਹਸਬੈਂਡ ਨਾਲ ਝਗੜਾ ਚੱਲਦਾ ਸੀਗਾ, ਆਪਸੀ ਉਹਨਾਂ ਨਾਲ ਝਗੜਾ ਸੀਗਾ ਕੋਈ, ਅਤੇ ਕੁੜੀ ਨੇ ਆਹ ਪੁੱਲ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਿਆ। ਅਤੇ ਆ ਜਿਹੜੇ ਪੁੱਲ 'ਤੇ ਆਪਾਂ ਖੜ੍ਹੇ ਹਾਂ, ਆਹੀ ਪੁੱਲ ਦੀ ਗੱਲ ਆ। ਅਤੇ ਆ ਥੱਲੇ ਗੱਡੀਆਂ ਦੇਖ ਲਓ ਕਿੰਨੀਆਂ ਤੇਜ਼ ਆ, ਅਤੇ ਸਾਰਾ ਹਾਈਵੇ ਹੀ ਆ ਆਹ, ਇੱਧਰ ਵੀ। ਅਤੇ ਆਹ ਕੁੜੀ ਨੇ ਆਹ ਪੁੱਲ 'ਤੇ ਸੁਸਾਈਡ ਕੀਤਾ ਜਦੋਂ ਵੀ ਇੱਥੋਂ ਲੰਘੀ ਦਾ, ਅਤੇ ਉਹ ਗੱਲ ਯਾਦ ਆ ਜਾਂਦੀ ਕਿ ਆਹ ਪੁੱਲ 'ਤੇ ਚੜ੍ਹ ਕੇ ਵੀ ਕਿਸੇ ਨੇ ਸੁਸਾਈਡ ਕੀਤਾ ਹੋਊਗਾ। ਅਤੇ ਉਹ ਸਾਹਮਣੇ ਹੈਗਾ ਆ ਗੁਰਦੁਆਰਾ ਸਾਹਿਬ, ਇੱਕ ਇੱਧਰ ਗੁਰਦੁਆਰਾ ਸਾਹਿਬ ਆ, ਅਤੇ ਜਿਹੜਾ ਦੂਜਾ ਸੀਗਾ ਉਹ ਵੀ ਉਹ ਸਾਹਮਣੇ। ਅਤੇ ਆਹ ਪੁੱਲ ਦੀ ਉਹ ਗੱਲ ਆ, ਅਤੇ ਗੱਲ ਹੈਗੀ ਸੱਚੀ, ਗੱਲ ਨੂੰ ਹੋ ਗਏ ਆ 9-10 ਮਹੀਨੇ ਹੋ ਗਏ ਪਵਾਉਂਦੇ, ਸੱਚ ਮਾਰ ਕੇ ਦੇ ਲਿਓ। ਸਮੈਥਿਕ ਬ੍ਰਿਜ ਸੁਸਾਈਡ 'ਤੇ ਨਿਕਲ ਕੇ ਆ ਜਾਣੀ ਆ। ਸੋ ਆਹ ਪੁੱਲ ਦੀ ਗੱਲ ਆ। ਆਹ ਹਾਈਵੇ ਤੋਂ ਕੋਈ DPD ਵੈਨ 'ਚ ਡਰਾਈਵਰ ਸੀਗਾ, ਜਿੱਦਾਂ ਆਪਾਂ DPD ਲੱਗੇ ਹਾਂ ਇੱਦਾਂ ਕੋਈ DPD 'ਚ ਕੰਮ ਕਰਦਾ ਸੀਗਾ, ਅਤੇ ਉਹਨੇ ਰੁਕ ਕੇ ਉਹਨੂੰ ਕੁੜੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਉਹਨੂੰ ਕਿਹਾ ਵੀ ਇਹ ਨਾ ਕਰ, ਅਤੇ ਉਹਨੇ ਥੱਲਿਓਂ ਕੈਚ ਕਰਨ ਦੀ ਕੋਸ਼ਿਸ਼ ਵੀ ਕੀਤੀ। ਅਤੇ ਪਰ ਤੁਹਾਨੂੰ ਪਤਾ ਆ ਹਾਈਟ ਕਿੰਨੀ ਆ, ਕੈਚ ਹੋਈ ਨਹੀਂ, ਬਾਹਾਂ ਵਿੱਚੋਂ ਕੁੜੀ ਨਿਕਲ ਗਈ। ਬਸ ਉਹ ਗੁਰਦੁਆਰਾ ਸਾਹਿਬ ਤੋਂ ਨਾਲ ਹੀ ਦੀ ਗੱਲ ਹੀ ਆ, ਠੀਕ ਆ। ਅਤੇ ਗੁਰਦੁਆਰੇ ਫਿਰ ਲੋਕ ਸੀ ਜਿਹੜੇ, ਅਤੇ ਉਹ ਮਿੰਟੋ ਮਿੰਟ ਆਏ, ਫਿਰ ਅੱਗੇ ਜੋ ਕਰਨਾ ਜੋ ਕੀਤਾ। ਹੁਣ ਪਹੁੰਚੇ ਹਾਂ ਸਵੀਟਸ ਦੇ ਇੱਥੇ ਹੁੰਦੀਆਂ ਆ, ਅਤੇ ਖਾਣ ਪੀਣ ਨੂੰ ਲੈ ਲਈਏ ਕੁਛ। ਅਤੇ ਐਰੋਨਸ ਕੈਟਰਿੰਗ, ਅਤੇ ਇਹ ਹੈਗੀ ਆ ਨਿੱਜਰ ਸਵੀਟ ਸੈਂਟਰ, ਇੱਥੋਂ ਖਾਣ ਪੀਣ ਨੂੰ ਦੇਖਦੇ ਹਾਂ ਕੁਛ। ਆਹ ਹੈਗੀ ਆ ਕੇਕ ਬੇਗ, ਕਹਿੰਦੇ ਆ ਜਿੰਨੀਆਂ ਵੀ ਦੁਕਾਨਾਂ ਆ, ਆ ਇੱਕ 3 ਦੁਕਾਨਾਂ, ਅਤੇ ਉਹਨਾਂ ਨੇ ਸਿਟਿੰਗ ਏਰੀਆ ਬਣਾਇਆ, ਅਤੇ ਆਹ ਜਿਹੜਾ ਹੈਗਾ ਆ ਸਟੋਰ, ਇਹ ਸਾਰਾ ਇੱਕ ਬੰਦੇ ਦਾ ਹੀ ਆ, ਅਤੇ ਆਪਣੇ ਪੰਜਾਬੀ ਦਾ ਹੀ ਆ। ਤੁਸੀਂ ਦੇਖ ਲਓ ਫਿਰ ਪੰਜਾਬੀ ਕਿੱਥੇ ਪਹੁੰਚੇ ਆ ਇੱਥੇ, ਅਤੇ ਆਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ 'ਤੇ ਹੀ ਆ। ਲਓ ਜੀ ਆਪਾਂ ਲੈ ਲਿਆ ਬੇਸਣ 1/2 ਕਿਲੋ ਖਾਣ ਪੀਣ ਨੂੰ, ਅਤੇ ਜਦੋਂ ਦੇ UK ਆਏ ਹਾਂ 6 ਮਹੀਨੇ ਹੋ ਗਏ ਬੇਸਣ ਹੀ ਨਹੀਂ ਖਾਧਾ, ਅਤੇ ਘੁੰਮਦੇ ਘੁੰਮਾਉਂਦੇ ਫਿਰ ਉੱਧਰ ਚਲ ਗਏ ਸੀ ਸਵੀਟ ਸ਼ੋਅ ਵੱਲ, ਤਾਂ ਕਰਕੇ ਆਪਾਂ 1/2 ਕਿਲੋ ਬੇਸਣ ਲੈ ਲਿਆ। ਅਤੇ ਇਹ ਆਇਆ 4 ਪਾਉਂਡ ਦਾ, ਮਤਲਬ ਇੰਡੀਆ ਦੇ 400 ਰੁਪਏ ਦਾ 1/2 ਕਿਲੋ,
ਬਸ ਇੱਧਰਲੇ ਹਿਸਾਬ ਨਾਲ ਦੇਖੀਦਾ ਤਾਂ ਠੀਕ ਆ। ਅਤੇ ਬਸ ਹੁਣ ਪਹੁੰਚ ਗਏ ਟ੍ਰੇਨ ਸਟੇਸ਼ਨ, ਅਤੇ ਹੁਣ ਚੱਲੇ ਹਾਂ ਜੀ ਘਰ ਨੂੰ। ਅਤੇ 4 ਵਜੇ ਨਿਕਲੇ ਸੀਗੇ, 7 ਵਜ ਚੱਲੇ ਆ। ਅਤੇ ਹੁਣ ਘੁੰਮ ਫਿਰ ਵੀ ਫਿਰ ਲਿਆ, ਅਤੇ ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਲਿਆ। ਅਤੇ ਮਿਲਦੇ ਆਪਾਂ ਹੁਣ ਤੁਹਾਨੂੰ ਨੈਕਸਟ ਵਲੋਗਾਂ 'ਚ। ਅਤੇ ਚੈਨਲ ਕਰ ਲਿਓ ਜੀ ਸਬਸਕ੍ਰਾਈਬ। ਬਾਏ ਬਾਏ। ਟ੍ਰੇਨ ਵੀ ਆ ਹੀ ਗਈ ਆ ਮੌਕੇ 'ਤੇ ਹੀ।